ਵਾਲਮੀਕਿ ਸਮਾਜ ਦੀ ਸੀਰੀਅਲ ਨੂੰ ਲੈ ਕੇ ਨਾਰਾਜ਼ਗੀ ਲਗਾਤਾਰ ਚੱਲ ਰਹੀ ਹੈ ਅਤੇ ਭਾਜਪਾ ਆਗੂਆਂ ਨੇ ਜਾਵੜੇਕਰ ਨਾਲ ਮੁਲਾਕਾਤ ਕੀਤੀ ਹੈ। ਤਰੁਣਚੁਗ, ਹੰਸਰਾਜ, ਮਨੋਜ ਤਿਵਾਰੀ, ਗੌਤਮ ਗੰਭੀਰ ਇਹਦੇ 'ਚ ਮੌਜੂਦ ਰਹੇ ਨੇ। ਜਾਵੜੇਕਰ ਨੇ 24 ਘੰਟੇ ਵਿੱਚ ਮਾਮਲੇ 'ਤੇ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਜਾਵੜੇਕਰ ਨੇ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਨੇ। ਕਈ ਭਾਜਪਾ ਦੇ ਆਗੂ ਮੁਲਾਕਾਤ ਕਰਨ ਲਈ ਪਹੁੰਚੇ, ਤਸਵੀਰਾਂ ਤੁਹਾਨੂੰ ਵਿਖਾ ਰਹੇ ਨੇ। ਹੰਸਰਾਜ ਹੰਸ ਅਤੇ ਮਨੋਜ ਤਿਵਾਰੀ ਨਜ਼ਰ ਆ ਰਹੇ ਨੇ, ਵਿਜੇ ਸਾਪਲਾ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ 'ਚ, ਗੌਤਮ ਗੰਭੀਰ ਨਜ਼ਰ ਆ ਰਹੇ ਨੇ, ਤਰੁਣਚੁਗ ਪ੍ਰਕਾਸ਼ ਜਾਵੜੇਕਰ ਨੂੰ ਮੰਗ ਪੱਤਰ ਵੀ ਦਿੰਦੇ ਨਜ਼ਰ ਆ ਰਹੇ ਨੇ। ਤਰੁਣਚੁਗ, ਹੰਸਰਾਜ, ਮਨੋਜ ਤਿਵਾਰੀ, ਗੌਤਮ ਗੰਭੀਰ ਨਜ਼ਰ ਆ ਰਹੇ ਨੇ ਅਤੇ 24 ਘੰਟੇ ਜਾਵੜੇਕਰ ਕਹਿ ਰਹੇ ਨੇ ਕਾਰਵਾਈ ਦੇ ਹੁਕਮ ਦਿੱਤੇ ਨੇ ਉਹਨਾਂ ਨੇ ਅਤੇ ਵਿਭਾਗ ਨੂੰ ਜਾਂਚ ਦੇ ਹੁਕਮ ਵੀ ਦਿੱਤੇ ਨੇ ਜਾਵੜੇਕਰ ਵੱਲੋਂ। ਤਸਵੀਰਾਂ ਤੁਹਾਨੂੰ ਵਿਖਾ ਰਹੇ ਨੇ, ਪ੍ਰਕਾਸ਼ ਜਾਵੜੇਕਰ ਨਾਲ ਮੁਲਾਕਾਤ ਕੀਤੀ ਗਈ ਹੈ ਇਹਨਾਂ ਸਾਰਿਆਂ ਵੱਲੋਂ ਅਤੇ ਮੰਗ ਇੱਕੋ ਕੀਤੀ ਗਈ ਹੈ ਕਿ ਪ੍ਰੋਗਰਾਮ ਜਿਹੜਾ ਹੈ ਉਹ ਬੰਦ ਹੋਵੇ ਫੌਰਨ, ਅਤੇ ਦੂਜੇ ਪਾਸੇ ਜਿਹੜੇ ਡਾਇਰੈਕਟਰ ਨੇ, ਨਿਰਮਾਤਾ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਭਾਜਪਾ ਆਗੂਆਂ ਨੇ ਜਾਵੜੇਕਰ ਨਾਲ ਮੁਲਾਕਾਤ ਕੀਤੀ ਹੈ, ਤੁਸੀਂ ਵੇਖ ਰਹੇ ਹੋ ਤਸਵੀਰਾਂ, ਮੁਲਾਕਾਤ ਦੀਆਂ ਤਸਵੀਰਾਂ। ਹਾਲਾਂਕਿ ਜਾਵੜੇਕਰ ਨੇ ਜਾਂਚ ਦਾ ਭਰੋਸਾ ਦਵਾਇਆ ਅਤੇ ਵਾਲਮੀਕਿ ਸਮਾਜ ਦੀ ਸੀਰੀਅਲ ਨੂੰ ਲੈ ਕੇ ਨਾਰਾਜ਼ਗੀ ਅਜੇ ਵੀ ਬਣੀ ਹੋਈ ਹੈ। ਦਿੱਲੀ ਤੋਂ ਕਮਲ ਕੰਸਲ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਨੇ। ਕਮਲ, ਫਿਲਹਾਲ ਕਿਸ ਤਰ੍ਹਾਂ ਦੀ ਮੰਗ ਜਾਵੜੇਕਰ ਦੇ ਸਾਹਮਣੇ ਰੱਖੀ ਗਈ ਹੈ ਔਰ ਕੀ ਕੁਝ ਖਾਸ ਰਿਹਾ? ਕਮਲ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਕਮਲ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਫਿਰ ਤੋਂ ਕੋਸ਼ਿਸ਼ ਕਰਾਂਗੇ ਜੀ। ਵਾਲਮੀਕਿ ਸਮਾਜ ਦੀ ਸੀਰੀਅਲ ਨੂੰ ਲੈ ਕੇ ਨਾਰਾਜ਼ਗੀ ਦਾ ਪੂਰਾ ਮਾਮਲਾ ਹੈਗਾ ਅਤੇ ਭਾਜਪਾ ਆਗੂਆਂ ਨੇ ਜਾਵੜੇਕਰ ਨਾਲ ਮੁਲਾਕਾਤ ਕੀਤੀ ਹੈ। ਕਮਲ ਕੰਸਲ ਸਾਡੇ ਪੱਤਰਕਾਰ ਸਾਡੇ ਨਾਲ ਫਿਰ ਤੋਂ ਜੁੜ ਗਏ ਨੇ। ਕਮਲ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਤਾਂ ਸਵਾਲ ਤੁਹਾਡੇ ਤੋਂ ਇਹ ਸੀ, ਕੀ ਕੁਝ ਖਾਸ ਰਿਹਾ ਇਸ ਮੀਟਿੰਗ 'ਚ? ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਕਮਲ ਕੰਸਲ ਸਾਡੇ ਪੱਤਰਕਾਰ ਸਾਨੂੰ ਜਾਣਕਾਰੀ ਦੇ ਰਹੇ ਸੀ ਅਤੇ ਜਾਂਚ ਦੇ ਹੁਕਮ ਦਿੱਤੇ ਗਏ ਨੇ।